ਇੱਕ ਛੋਟੀ ਜਿਹੀ ਗਲਤੀ ਦੇ ਨਾਲ ਆਪਾਂ ਲੱਖਾਂ ਰੁਪਏ ਦਾ ਨੁਕਸਾਨ ਕਰ ਬੈਠਦੇ ਹਾਂ ਸ਼ਾਰਟ ਸਰਕਟ ਦੀ ਵਜ੍ਹਾ ਦੇ ਨਾਲ। ਕਈ ਵਾਰੀ ਇਹ ਸ਼ਾਰਟ ਸਰਕਟ ਆਪਣੇ ਗਲਤ ਜੋੜ ਲਾਉਣ ਦੇ ਕਾਰਨ ਹੁੰਦਾ। ਅੱਜ ਦੀ ਵੀਡੀਓ ਆਪਾਂ ਹਰ ਘਰ ਦੇ ਲਈ ਬਣਾਈ ਆ ਜੀ, ਕਿਉਂਕਿ ਅਕਸਰ ਹੀ ਇਹ ਨਿੱਕੀਆਂ ਨਿੱਕੀਆਂ ਗਲਤੀਆਂ ਆਪਾਂ ਤੋਂ ਹੋ ਜਾਂਦੀਆਂ ਜੀ। ਇਹਨਾਂ ਤੋਂ ਕਿਸ ਤਰ੍ਹਾਂ ਬਚਿਆ ਜਾਵੇ, ਕੀ ਕਰਨਾ ਚਾਹੀਦਾ, ਇਸ ਵੀਡੀਓ ਵਿੱਚ ਆਪਾਂ ਦੱਸਣ ਦੀ ਕੋਸ਼ਿਸ਼ ਕੀਤੀ ਆ। ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਲਾਜ਼ਮੀ ਕਰਿਓ ਜੀ, ਕਿਉਂਕਿ ਆਪਾਂ ਇਹੋ ਜਿਹੀਆਂ ਨਿੱਕੀਆਂ ਨਿੱਕੀਆਂ ਜਾਣਕਾਰੀ ਵਾਲੀਆਂ ਵੀਡੀਓ ਹੀ ਬਣਾਉਂਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਅਹਿਮ ਵਿਸ਼ੇ 'ਤੇ ਗੱਲ ਕਰਨ ਲੱਗੇ ਹਾਂ। ਅਕਸਰ ਹੀ ਆਪਾਂ ਆਪਣੇ ਘਰ ਦੇ ਵਿੱਚ ਅਲਮੀਨੀਅਮ ਦੀ ਤਾਰ ਪਾ ਲੈਂਦੇ ਹਾਂ। ਦੇਖੋ, ਅਲਮੀਨੀਅਮ ਦੀ ਤਾਰ ਆਪਾਂ ਨੂੰ ਸਸਤੀ ਪੈਂਦੀ ਅਤੇ ਆਪਾਂ ਪਾ ਲੈਂਦੇ ਹਾਂ। ਮੈਂ ਖੁਦ ਬਹੁਤ ਅਲਮੀਨੀਅਮ ਦੀ ਤਾਰ ਵਰਤੀ ਹੋਈ ਆ, ਕਿਉਂਕਿ ਜਿੱਥੇ ਦੂਰ ਲਿਜਾਣੀ ਹੁੰਦੀ ਉੱਥੇ ਅਲਮੀਨੀਅਮ ਵਰਤ ਲਈਦੀ ਆ। ਅਲਮੀਨੀਅਮ ਦੇ ਵਿੱਚ ਇੱਕ ਕਮੀ ਆਉਂਦੀ ਆ, ਅਤੇ ਉਹ ਮਤਲਬ ਕਿ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗਾ। ਦੇਖੋ, ਇਹਦੇ ਜੋੜ ਆ, ਜਿੱਥੇ ਵੀ ਆਪਾਂ ਜੋੜ ਲਗਾਉਣਾ, ਅਲਮੀਨੀਅਮ ਅਤੇ ਤਾਂਬੇ ਦਾ ਜੋੜ ਕਦੇ ਵੀ ਨਹੀਂ ਲਗਾਉਣਾ, ਹਮੇਸ਼ਾ ਇਹਨੂੰ ਅਲੱਗ ਅਲੱਗ ਰੱਖਣਾ ਹੁੰਦਾ। ਅਤੇ ਜਦੋਂ ਵੀ ਤੁਸੀਂ ਅਲਮੀਨੀਅਮ ਦਾ ਜੋੜ ਜਿੱਥੇ ਵੀ ਲਗਾਉਣਾ, ਖਾਸ ਕਰਕੇ ਜਦੋਂ ਦੂਜੀ ਧਾਤ, ਮੰਨ ਕੇ ਚੱਲੋ ਅਲਮੀਨੀਅਮ ਤਾਂ ਪਿੱਤਲ ਜਾਂ ਅਲਮੀਨੀਅਮ ਅਤੇ ਤਾਂਬੇ ਦਾ ਜੋੜ ਆਪਾਂ ਨਹੀਂ ਲਗਾਉਣਾ। ਇੱਕ ਚੀਜ਼ ਮੈਂ ਤੁਹਾਨੂੰ ਦਿਖਾਉਣਾ, ਇੱਥੇ ਦਿਖਾਈ ਹੈ, ਇੱਥੇ ਪਲੱਗ ਲੱਗਾ ਹੋਇਆ। ਮੈਂ ਇੱਥੇ ਥੋੜ੍ਹਾ ਕੰਮ ਕਰਦੇ ਰਹੀਦਾ, ਲੋੜ ਇੱਥੇ ਕਾਫੀ ਪੈਂਦਾ ਰਹਿੰਦਾ। ਦੇਖੋ, ਆਹ ਵਾਲਾ ਜਿਹੜਾ ਪਲੱਗ ਦੀ ਕਾਲੀ ਤਾਰ ਤੁਸੀਂ ਵੇਖ ਰਹੇ ਹੋ, ਆਹ ਵਾਲੀ ਕਾਲੀ ਤਾਰ, ਇਹ ਇੱਥੋਂ ਗਰਮ ਹੋ ਗਿਆ। ਦੇਖੋ, ਇਹਦਾ ਜਿਹੜਾ ਪਲਾਸਟਿਕ ਆ ਉਹ ਪਿਘਲਿਆ ਹੋਇਆ, ਕਿਉਂਕਿ ਇਹਦਾ ਕੀ ਕਾਰਨ ਸੀ ਕਿ ਇਹ ਜਗ੍ਹਾ ਤੋਂ ਆਹ ਵਾਲਾ, ਤੁਸੀਂ ਇਹਦਾ ਦੇਖੋ ਕਿ ਪੈਨ ਜਿਹੜਾ ਪਲੱਗ ਦਾ ਹੈਗਾ, ਇਹਦਾ ਵੀ ਰੰਗ ਬਦਲਿਆ ਹੋਇਆ। ਇਹਦਾ ਕਾਰਨ ਕੀ ਸੀ ਕਿ ਇਹਦੀ ਤਾਰ ਸੀ ਨਾ ਥੋੜ੍ਹੀ ਕਿਤੇ ਲੂਜ ਹੋ ਗਈ। ਲੂਜ ਇਉਂ ਹੋ ਜਾਂਦੀ, ਬਾਈ ਚਾਂਸ ਆਪਣਾ ਥੋੜ੍ਹਾ ਬਹੁਤਾ ਨਟ ਪੇਚ ਢਿੱਲਾ ਰਹਿ ਗਿਆ, ਉਦੋਂ ਵੀ ਪੰਗਾ ਪੈਂਦਾ। ਦੂਜਾ, ਜਿਹੜਾ ਅਲਮੀਨੀਅਮ ਹੁੰਦਾ, ਇਹ ਜਦੋਂ ਇਹ 'ਤੇ ਆਪਾਂ ਲੋਡ ਪਾਉਂਦੇ ਹਾਂ, ਬਾਈ ਚਾਂਸ ਤਾਰ ਕਿਤੋਂ ਢਿੱਲੀ ਆ, ਉੱਥੋਂ ਹੀ ਗਰਮ ਹੋ ਕੇ ਅਤੇ ਫੈਲਣ ਲੱਗ ਪੈਂਦਾ, ਜਾਨੀ ਕਿ ਮੋਟਾ ਹੁੰਦਾ ਹੈ ਨਾ, ਜਦੋਂ ਠੰਡਾ ਹੁੰਦਾ ਉਦੋਂ ਸੁੰਗੜ ਜਾਂਦਾ। ਜਦੋਂ ਇਹ ਵਾਰ ਵਾਰ ਇਹ ਪ੍ਰਕਿਰਿਆ ਹੁੰਦੀ ਆ, ਲੋਡ ਪਿਆ, ਸਪਾਰਕ ਵੱਜੀ, ਗਰਮ ਹੋਇਆ, ਗਰਮ ਹੋਣ ਤੋਂ ਬਾਅਦ ਉਹਨੇ ਫੈਲਿਆ, ਸੁੰਗੜਿਆ, ਉਸ ਜਗ੍ਹਾ 'ਤੇ ਸਪਾਰਕ ਆਉਣ ਲੱਗ ਪੈਂਦੀ ਆ। ਲਓ ਜੀ, ਆਪਣੇ ਕੋਲ ਨਾ ਇੱਕ ਅਲਮੀਨੀਅਮ ਦੀ ਤਾਰ ਆਪਾਂ ਚੈੱਕ ਕਰਕੇ ਵਿਖਾਉਂਦੇ ਹਾਂ। ਸਮੇਂ ਠੰਡੀ ਆ, ਕੀ ਆ, 4.38 mm। ਹੁਣ ਮੈਂ ਇਹਨੂੰ ਥੋੜ੍ਹਾ ਗਰਮ ਕਰਨ ਲੱਗਾ ਇੱਥੇ ਅੱਗ ਦੇ ਉੱਪਰ, ਅਤੇ ਇਹ ਦਾ ਜਿਹੜਾ ਸਾਈਜ਼ ਉਹ ਬਦਲ ਜਾਣਾ, ਆਪਾਂ ਤੁਹਾਨੂੰ ਦਿਖਾਉਂਦੇ ਹਾਂ। ਲਓ ਜੀ, ਹੁਣ ਆਪਾਂ ਇਹ ਦੇਖਦੇ ਹਾਂ, ਜਿਹੜਾ ਸਭ ਤੋਂ ਪਹਿਲਾਂ 4.38 ਵਾਲਾ ਸਾਈਜ਼ ਸੀਗਾ, ਜਿਵੇਂ ਤੁਸੀਂ ਵੇਖ ਰਹੇ ਹੋ ਕਿ ਇਹ ਵਾਲਾ ਜਿਹੜਾ ਸਾਈਜ਼ ਆ 4.41 ਹੋ ਗਿਆ, 4.41-42 ਪਾਣੀ ਪਿਆ ਨਹੀਂ, ਅਤੇ ਜਦੋਂ ਆਪਾਂ ਇਹਨੂੰ ਪਾਣੀ ਦੇ ਵਿੱਚ ਠੰਡਾ ਕਰਤਾ ਹੈ ਨਾ, ਅਲਮੀਨੀਅਮ ਠੰਡਾ ਹੋ ਗਿਆ, ਉਸ ਤੋਂ ਬਾਅਦ ਫਿਰ ਇਹਦਾ ਜਿਹੜਾ ਸਾਈਜ਼ ਆ ਉਹ ਬਦਲ ਜਾਣਾ ਜੀ। ਇਹ 4.31 ਰਹਿ ਗਿਆ। ਠੰਡਾ ਹੋਣ ਦੇ ਨਾਲ ਅਲਮੀਨੀਅਮ ਪਤਲਾ ਹੁੰਦਾ, ਸੁੰਗੜਦਾ, ਅਤੇ ਜਿਵੇਂ ਜਿਵੇਂ ਗਰਮ ਹੁੰਦਾ ਅਤੇ ਅਲਮੀਨੀਅਮ ਫੈਲਦਾ ਜੀ। ਇਹਦੀ ਮੈਂ ਤੁਹਾਨੂੰ ਇੱਕ ਇੱਥੇ ਹੋਰ ਉਦਾਹਰਣ ਵਿਖਾਉਣ ਲੱਗਾ। ਜਿਵੇਂ ਇੱਥੇ ਇੱਕ ਆਪਣੇ ਕੋਲ ਇਨਵਰਟਰ ਦਾ ਬੋਰਡ ਆ, ਇਸ ਜਗ੍ਹਾ ਦੇ ਉੱਪਰ 40 ampere ਦਾ ਲੋਡ ਰਹਿੰਦਾ। 40 ampere ਦਾ ਲੋਡ ਕਾਫੀ ਜ਼ਿਆਦਾ ਹੋ ਜਾਂਦਾ, ਅਤੇ ਵਿੱਚ ਤਾਂਬੇ ਦੀ ਥਿੰਬਲ ਦੇ ਵਿੱਚ ਅਲਮੀਨੀਅਮ ਦੀ ਤਾਰ ਕੱਸੀ ਹੋਈ ਆ ਜੀ। ਪਹਿਲਾਂ ਇਹ ਕੋਟਿੰਗ ਕੀਤੀ ਗਈ ਸੀ ਤਾਰ ਤਾਂਬੇ ਦੀ ਹੀ, ਤਾਂ ਕਰਕੇ ਕਾਫੀ ਸਮਾਂ ਚੱਲਦਾ ਗਿਆ, ਲੇਕਿਨ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ, ਇੱਥੋਂ ਸਪਾਰਕ ਹੁੰਦੀ ਗਈ, ਇਹ ਜਗ੍ਹਾ ਗਰਮ ਹੁੰਦੀ ਗਈ, ਅਤੇ ਇਹਨੇ PCB ਵੀ ਖਰਾਬ ਕਰ ਦਿੱਤੀ। ਅਕਸਰ ਜਦੋਂ ਆਪਾਂ ਤਾਂਬਾ ਜਾਂ ਅਲਮੀਨੀਅਮ ਦਾ ਜੋੜ ਲਾਉਂਦੇ ਹਾਂ, ਉੱਥੇ ਵੀ ਇਸ ਤਰ੍ਹਾਂ ਹੁੰਦਾ ਜੀ। ਪਹਿਲਾਂ ਜੋੜ ਆਪਾਂ ਚੰਗੀ ਤਰ੍ਹਾਂ ਟਾਈਟ ਕਰਕੇ ਲਾਉਂਦੇ ਹਾਂ, ਜਿਵੇਂ ਇੱਥੇ ਥਿੰਬਲ ਵੀ ਚੰਗੀ ਤਰ੍ਹਾਂ ਟਾਈਟ ਕੀਤੀ ਸੀ, ਕੁਛ ਸਮਾਂ ਜੋੜ ਚੱਲੂਗਾ, ਲੇਕਿਨ ਕੁਛ ਹਵਾ ਦੇ ਨਾਲ ਉਹ ਰਿਐਕਸ਼ਨ ਕਰਕੇ ਜਾਂ ਜਿਵੇਂ ਕਿ ਜੋੜ ਢਿੱਲਾ ਹੋਣ ਕਰਕੇ
ਜ਼ਿਆਦਾ ਲੋਡ ਕਰਕੇ ਇਸ ਤਰ੍ਹਾਂ ਦੀ ਪ੍ਰੋਬਲਮ ਆਉਣ ਲੱਗ ਜਾਂਦੀ ਹੈ ਜੀ, ਜਿਹਦੇ ਨਾਲ ਕੀ ਹੁੰਦਾ ਕਿ ਜਿਹੜਾ ਆਪਣਾ ਅੱਗੇ ਸਮਾਨ ਲੱਗਾ ਹੋਇਆ ਉਹਦੇ ਤੱਕ ਪੂਰੀ ਬਿਜਲੀ ਨਹੀਂ ਪਹੁੰਚਦੀ, ਯਾਨੀ ਕਿ ਇੱਥੇ ਹੀ ਸਪਾਰਕ ਦਿੰਦਾ ਰਹਿੰਦਾ ਜੀ। ਅਤੇ ਕਈ ਵਾਰੀ ਇਸੇ ਤਰ੍ਹਾਂ ਸਪਾਰਕ ਹੀ ਬਹੁਤ ਵੱਡਾ ਹਾਦਸਾ ਵੀ ਬਣਾ ਦਿੰਦੀ ਹੈ, ਕਈ ਵਾਰੀ ਕਰੋੜਾਂ ਰੁਪਏ ਦੇ ਜਿਹੜੇ ਆਪਣਾ ਕਰੋੜਾਂ ਰੁਪਏ ਦਾ ਨੁਕਸਾਨ ਵੀ ਹੋ ਜਾਂਦਾ ਜੀ ਇਸ ਤਰ੍ਹਾਂ ਸ਼ੋਰਟ ਸਰਕਟ ਦੇ ਨਾਲ ਅੱਗ ਲੱਗਣ ਤੋਂ ਬਾਅਦ। ਇਹ ਕਾਰਨ ਵੀ ਕਈ ਵਾਰੀ ਅਲਮੀਨੀਅਮ ਅਤੇ ਤਾਂਬੇ ਦੇ ਜੋੜ ਕਰਕੇ ਹੋ ਜਾਂਦਾ ਜੀ। ਸਪਾਰਕ ਤੋਂ ਬਾਅਦ ਕੀ ਹੁੰਦਾ ਕਿ ਉਹ ਜ਼ਿਆਦਾ ਵੱਧਦਾ ਕੰਮ ਉਹ ਆਪਣਾ ਉਹ ਚੀਜ਼ ਡਿਸਕਨੈਕਟ ਹੋ ਜਾਂਦੀ। ਅਸਲ ਦੇ ਵਿੱਚ ਹੋਇਆ ਕੀ ਕਿ ਮੈਂ ਨਾ ਇੱਥੇ ਇਨਵਰਟਰ ਲੱਗਾ ਸੀ ਚਾਰਜ ਲਾਉਣ, ਇਹ ਵਾਲਾ ਜਦੋਂ ਚਾਰਜ ਲਾਉਣ ਲੱਗਾ ਇਨਵਰਟਰ ਚੱਲੇ ਨਾ, ਵਾਰ ਵਾਰ ਟ੍ਰਿਪ ਕਰੇ, ਵੋਲਟੇਜ ਆ ਰਹੇ ਸੀ ਇੱਥੇ 230। ਜਿਵੇਂ ਹੀ ਚਾਰਜਿੰਗ ਦਾ ਲੋਡ ਪਵੇ, ਕਿਉਂਕਿ ਆਹ ਤੁਹਾਨੂੰ ਮੈਂ ਦਿਖਾਉਣਾ ਚਾਹੁੰਦਾ ਚਾਰਜਿੰਗ ਦਾ ਲੋਡ, ਇੱਥੇ ਦੇਖ ਸਕਦੇ ਹੋ ਇਸ ਸਮੇਂ 270 ਵਾਟ, ਇਸ ਤੋਂ ਪਹਿਲਾਂ 350 ਵਾਟ ਸੀਗਾ। ਹੁਣ ਜੇ ਉਹ 350 ਵਾਟ ਦਾ ਲੋਡ ਪਵੇ ਤਾਂ ਉੱਥੋਂ ਤਾਰ ਢਿੱਲੀ ਸੀ ਉਹ ਸਪਾਰਕ ਦੇ ਜੇ। ਮੈਂ ਮਲਟੀਮੀਟਰ ਦੇ ਨਾਲ ਇਹ ਚੀਜ਼ ਚੈੱਕ ਕੀਤੀ। ਮੈਂ ਅਕਸਰ ਹੀ ਤੁਹਾਨੂੰ ਕਹਿੰਦਾ ਹੁੰਦਾ ਕਿ ਮਲਟੀਮੀਟਰ ਜੇਕਰ ਤੁਸੀਂ ਰੁਚੀ ਰੱਖਦੇ ਨਾ ਬਿਜਲੀ ਦੇ ਕੰਮ ਦੇ ਵਿੱਚ ਦੀ, ਤਾਂ ਤੁਹਾਨੂੰ ਮਲਟੀਮੀਟਰ ਬਾਰੇ ਜਾਣਕਾਰੀ ਚਾਹੀਦੀ ਆ, ਖਾਸ ਕਰਕੇ ਜਿਹੜੇ ਮਿਸਤਰੀ ਵੀਰ ਆ ਜਿਹੜੇ ਸਿਰਫ ਪੇਚਕਸ ਪਲਾਸ ਟੈਸਟ ਪੈਨ ਜਾਂ ਸੀਰੀਜ ਬਲਬ 'ਤੇ ਹੀ ਨਿਰਭਰ ਆ, ਉਹ ਵੀ ਬਾਈ ਇਹਨਾਂ ਨੂੰ ਸਿੱਖੋ ਲਾਜ਼ਮੀ। ਜੇਕਰ ਤੁਸੀਂ ਮਲਟੀਮੀਟਰ ਸਿੱਖਣਾ ਆਪਣੇ ਦੂਸਰੇ ਚੈਨਲ 'ਤੇ ਜਾ ਸਕਦੇ ਹੋ, ਮਿਸਟਰ ਮਕੈਨੀਕਲ ਤੁਸੀਂ ਲਿਖਿਓ ਯੂਟਿਊਬ 'ਤੇ, ਅਤੇ ਉਹਦੇ ਉੱਪਰ ਆਪਾਂ ਪੂਰੀਆਂ ਵੀਡੀਓ ਅਤੇ ਕੋਰਸ ਵੀ ਸ਼ੁਰੂ ਕੀਤਾ ਹੋਇਆ ਜੀ। ਉਸ ਤੋਂ ਬਾਅਦ ਜੇਕਰ ਤੁਹਾਡੇ ਕੋਲ ਮਲਟੀਮੀਟਰ ਹੋਵੇਗਾ, ਕੰਮ ਦੇਖਣ ਵਾਲੇ ਨੂੰ ਵੀ ਵਧੀਆ ਹੋਊਗਾ, ਜਦੋਂ ਆਪਾਂ ਕਿਸੇ ਦੇ ਘਰ ਜਾ ਕੇ ਕੰਮ ਕਰਾਂਗੇ ਪ੍ਰੋਪਰ ਕਰਾਂਗੇ, ਅਤੇ ਅਗਲਾ ਵੀ ਵਾਕਿਆ ਅਗਲੇ 'ਤੇ ਪ੍ਰਭਾਵ ਪੈਂਦਾ ਇਸ ਚੀਜ਼ ਦਾ, ਅਤੇ ਤੁਸੀਂ ਵੀ ਕਾਫੀ ਨੁਕਸਾਨ ਤੋਂ ਬਚ ਸਕਦੇ ਆ। ਅੱਛਾ, ਹੋਇਆ ਕਿ ਮੈਂ ਕਿਵੇਂ ਚੈੱਕ ਕੀਤਾ, ਹੁਣ ਤਾਂ ਚਲੋ ਫਾਲਟ ਕੱਢਿਆ ਹੋਇਆ ਕਿਉਂਕਿ ਉਸ ਸਮੇਂ ਮੈਥੋਂ ਵੀਡੀਓ ਨਹੀਂ ਬਣੀ ਸੀ। ਜਦੋਂ ਮੈਂ ਇਸ ਪਲੱਗ ਦੇ ਵਿੱਚ ਇਸ ਜਗ੍ਹਾ 'ਤੇ ਵੋਲਟੇਜ ਚੈੱਕ ਕਰਾਂ ਤਾਂ 200 ਆਉਂਦੇ ਸੀ 30 ਵੋਲਟੇਜ, ਲੇਕਿਨ ਜਦੋਂ ਹੀ ਉਸ ਤੋਂ ਬਾਅਦ ਮੇਰਾ ਲੱਗਾ ਇੱਕ ਮੀਟਰ, ਜਦੋਂ ਇਹ 'ਤੇ ਮੈਂ ਚੈੱਕ ਕਰਦਾ ਸੀ ਤਾਂ ਇੱਥੇ ਵੋਲਟੇਜ 230 ਦੀ ਜਗ੍ਹਾ ਮਤਲਬ ਕਿ ਰਹਿ ਜਾਂਦਾ ਸੀ 210, ਸਪਾਰਕ ਵੱਜਦੀ ਸੀਗੀ ਅਤੇ ਇਹ ਕਰਦਾ ਸੀ ਜਾਨੀ ਕਿ ਘਟੱਚ ਘਟੱਚ ਇਹ ਕਰਦਾ ਸੀਗਾ। ਫਾਲਟ ਮੈਂ ਕੀ ਕੀਤਾ, ਕਿਵੇਂ ਕੀ ਕੱਢਿਆ, ਦੇਖਿਆ ਇੱਥੇ ਵੋਲਟੇਜ ਚੈੱਕ ਕੀਤੇ, ਇੱਥੇ ਵੋਲਟੇਜ ਦੇ ਵਿੱਚ ਫਲੈਕਚੁਏਸ਼ਨ ਹੁੰਦੀ ਸੀ, ਅਪ ਡਾਊਨ ਹੋ ਰਹੇ ਸੀ। ਉਸ ਤੋਂ ਬਾਅਦ ਮੈਂ ਇਹਦੇ 'ਚ ਚੈੱਕ ਕੀਤੇ, ਇਹਦੇ ਵਿੱਚ ਵੀ ਹੋ ਰਹੀ ਸੀ ਫਲੈਕਚੁਏਸ਼ਨ। ਫਿਰ ਮੈਂ ਕੀ ਕੀਤਾ ਕਿ ਸਿੱਧਾ ਗਿਆ ਕੇਬਲ ਦੇ ਜੋੜ 'ਤੇ, ਜਦੋਂ ਮੈਂ ਉੱਥੇ ਵੋਲਟੇਜ ਦੇਖੇ ਉੱਥੇ ਬਿਲਕੁਲ ਇਹ ਸਹੀ ਸੀਗੇ, ਵੋਲਟੇਜ ਉੱਥੇ ਨਹੀਂ ਹੋ ਰਹੇ ਸੀਗੇ। ਫਿਰ ਮੈਂ ਪਲੱਗ ਖੋਲ੍ਹਿਆ, ਖੋਲ੍ਹਣ ਤੋਂ ਬਾਅਦ ਜਦੋਂ ਦੇਖਿਆ ਤਾਂ ਇਹਦੇ ਵਿੱਚ ਇਹ ਫਾਲਟ ਸੀ। ਇੱਕ ਇਹ ਫਾਲਟ ਹੋ ਸਕਦਾ, ਦੂਸਰਾ ਕਈ ਵਾਰੀ ਉਹ ਸਵਿੱਚ ਸਪਾਰਕ ਕਰਦੀ ਹੈ ਉਦੋਂ ਵੀ ਇਸ ਤਰ੍ਹਾਂ ਦੇ ਫਾਲਟ ਆਉਂਦੇ ਆ। ਕਹਿਣ ਦਾ ਭਾਵ ਕਿ ਇੱਕ ਤਾਂ ਜਿਹੜੇ ਮਿਸਤਰੀ ਵੀਰ ਆ ਮਲਟੀਮੀਟਰ ਬਈ ਲਾਜ਼ਮੀ ਸਿੱਖੋ, ਤੁਹਾਨੂੰ ਬਹੁਤ ਫਾਇਦਾ ਦੇਊਗਾ, ਅਤੇ ਦੂਜਾ ਜਿੱਥੇ ਵੀ ਤੁਸੀਂ ਅਲਮੀਨੀਅਮ ਦੀ ਕੇਬਲ ਦਾ ਜੋੜ ਲਾਉਣਾ ਉੱਥੇ ਕੇਬਲ ਦਾ ਜੋੜ ਟਾਈਟ ਕਰਕੇ ਲਗਾਓ, ਤਾਂਬਾ ਅਤੇ ਅਲਮੀਨੀਅਮ ਕਦੇ ਵੀ ਇਕੱਠੇ ਨਾ ਕਰੋ। ਅਤੇ ਕਈ ਵਾਰੀ ਆਪਣੀ ਮਜਬੂਰੀ ਹੋ ਜਾਂਦੀ, ਮੈਂ ਤੁਹਾਨੂੰ ਉਹ ਵੀ ਦਿਖਾਉਣਾ, ਇਹ ਆ ਕਿੱਟ ਕੈਟ ਹੈ ਨਾ, ਆਪਾਂ ਇਹਨੂੰ ਫਿਊਜ਼ ਵੀ ਕਹਿ ਦਿੰਦੇ ਹਾਂ ਜਾਂ ਗ੍ਰਿਪ ਵੀ ਕਹਿ ਦਿੰਦੇ ਹਾਂ। ਇਹਦੇ ਵਿੱਚ ਜਿਵੇਂ ਮੰਨ ਕੇ ਚੱਲੋ ਤੁਹਾਡੇ ਕੋਲ ਇੱਕ ਪਾਸੇ ਅਲਮੀਨੀਅਮ ਅਤੇ ਇੱਕ ਪਾਸੇ ਤਾਂਬਾ, ਉਦੋਂ ਫਿਰ ਤੁਹਾਡਾ ਆਹ ਮਸਲਾ ਹੱਲ ਕਰੂਗਾ ਜੀ। ਇੱਕ ਪਾਸੇ ਤੁਸੀਂ ਅਲਮੀਨੀਅਮ ਕੱਸ ਦਿਓ, ਠੀਕ ਹੈ ਜੀ, ਮੈਂ ਤੁਹਾਨੂੰ ਦਿਖਾਉਣਾ, ਆ ਵੇਖੋ ਜੀ ਪਲੱਗ, ਸਾਰੀ ਸਪਲਾਈ ਬੰਦ ਹੋ ਗਈ। ਇੱਕ ਪਾਸੇ ਤੁਸੀਂ ਅਲਮੀਨੀਅਮ ਲਾ ਸਕਦੇ ਹੋ ਅਤੇ ਦੂਜੇ ਪਾਸੇ ਤੁਸੀਂ ਤਾਂਬੇ ਦੀ ਤਾਰ ਕੱਸ ਸਕਦੇ ਹੋ। ਇਹ ਸਭ ਤੋਂ ਵਧੀਆ ਇੱਕ ਹੈਗਾ ਜੀ ਜਿਰਗਾ, ਅਤੇ ਫਿਊਜ ਇੱਥੇ ਨਾਲੇ ਤਾਂ ਇੱਥੇ ਰਸਤੇ ਵਿੱਚ ਆਪਾਂ ਫਿਊਜ ਲਾ ਤੇ, ਬਾਈ ਚਾਂਸ ਕਿਤੇ ਅੱਗੋਂ ਸ਼ੋਰਟ ਸਰਕਟ ਹੁੰਦਾ ਜਾਂ ਕੋਈ ਪ੍ਰੋਬਲਮ ਆਉਂਦੀ ਆ ਅਤੇ ਇਹ ਫਿਊਜ ਉੱਡ ਜਾਣਗੇ। ਨਾਲ ਦੀ ਨਾਲ ਹੀ ਆਪਣਾ ਜਾਂ ਤਾਂਬਾ ਅਤੇ ਅਲਮੀਨੀਅਮ ਆ ਉਹ ਅਲੱਗ ਅਲੱਗ ਹੋ ਜਾਂਦਾ ਜੀ। ਅਕਸਰ ਹੀ ਆਪਣੇ ਖੇਤਾਂ ਦੇ ਵਿੱਚ ਮੋਟਰਾਂ ਆਉਂਦੀਆਂ 3 ਫੇਜ ਹੁੰਦੀਆਂ,
ਉੱਥੇ ਵੀ ਆਪਾਂ ਇਹੀ ਕੰਮ ਕਰਦੇ ਹਾਂ ਕਿ ਜੋ ਖੰਭੇ ਤੋਂ ਕੇਬਲ ਆਉਂਦੀ ਆ, ਅਲਮੀਨੀਅਮ ਦੀ ਆਉਂਦੀ ਆ, ਅਤੇ ਅੱਗੇ ਆਪਣੇ ਤਾਰਾਂ ਦੇ ਟੋਟੇ ਹੁੰਦੇ ਆ ਵੀ ਇਹ ਆਪਾਂ ਤਾਂਬੇ ਦੇ ਪਾ ਦਈਏ ਗ੍ਰਿੱਪਾਂ ਤੱਕ। ਜਦੋਂ ਆਪਣੇ ਗ੍ਰਿੱਪ ਲੱਗੇ ਹੋਏ ਆ ਤਾਂ ਤੁਸੀਂ ਕੀ ਕਰੋਗੇ, ਉੱਥੇ ਥਿੰਬਲਾਂ ਲਗਾ ਕੇ ਅਲਮੀਨੀਅਮ ਦੀਆਂ ਥਿੰਬਲਾਂ ਲਾਓ, ਅਲਮੀਨੀਅਮ ਦੀ ਕੇਬਲ 'ਤੇ ਅਲਮੀਨੀਅਮ ਦੀਆਂ ਥਿੰਬਲਾਂ ਲਾ ਕੇ ਉਹ ਗ੍ਰਿੱਪਾਂ 'ਚ ਕੱਸ ਦਿਓ, ਅਤੇ ਦੂਜੇ ਪਾਸੇ ਤੁਸੀਂ ਇਹ ਛੋਟੇ ਟੋਟੇ ਆ ਉਹ ਤਾਂਬੇ ਦੇ ਕੱਸ ਸਕਦੇ ਹੋ। ਦੇਖੋ ਹਜ਼ਾਰ ਰੁਪਏ ਦੇ ਗ੍ਰਿੱਪ ਆਪਣੇ ਕਈ ਵਾਰੀ ਇਸੇ ਵਜ੍ਹਾ ਕਰਕੇ ਹੀ ਖਰਾਬ ਹੋ ਜਾਂਦੇ ਆ ਜੀ। ਜਾਣਕਾਰੀ ਵਧੀਆ ਲੱਗੇ ਤਾਂ ਅੱਗੇ ਸ਼ੇਅਰ ਕਰ ਸਕਦੇ ਹੋ। ਜੇਕਰ ਤੁਸੀਂ ਸਾਡੇ ਫੇਸਬੁੱਕ ਪੇਜ ਜਾਂ ਯੂਟਿਊਬ 'ਤੇ ਪਹਿਲੀ ਵਾਰੀ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਫੋਲੋ ਲਾਜ਼ਮੀ ਕਰਿਓ ਜੀ। ਇਹੋ ਜਿਹੀਆਂ ਵੀਡੀਓ ਵੇਖਣ ਲਈ ਧੰਨਵਾਦ ਜੀ।